कांग्रेस के पंजाब प्रधान सुनील जाखड़ ने नगर निगम चोणां च शांतमई रह के वोटां पाउण लई लोकां दा धन्नवाद कीता है। जाखड़ ने कहा कि लोकल बॉडी चोणां लोकतंत्र दा आधार बणदियां ने ते लोकां ने अपने पसंदीदा उम्मीदवारां दे हक विच संविधानक हक की वरतों की है। उन्हां आखिया कि जिथे किते भी मामूली घटनावां होईयां ने ओह भी सिर्फ उत्थे वापरियां ने जिथे श्रोमणी अकाली दल दे लोकां ने कानून नूं अपने हथ विच लैण दी कोशिश कीती है। सूबा कांग्रेस प्रधान ने आखिया कि चोण प्रचार दौरान लोक विकास के नाते चोणां लड़न वाली कांग्रेस पार्टी के हक च अपना फतवा देणगे ते अकाली दल भाजपा ते आम आदमी पार्टी का बिस्तरा गोल हो जाएगा। उधर विरोधी धिर ने कांग्रेस पार्टी ते हिंसा ते बूथ कैप्चरिंग करन दा दोष लाया है। विरोधी धिर दे नेता हरपाल सिंह चीमा ने आख्या कि लोकतंत्र दे त्यौहार वाले दिन पंजाब भर विच कैप्टन ते कांग्रसी वर्करां ने लोकतंत्र दा कतल कर दिता। उन्हां कहा कि जिहड़े अधिकारी कांग्रेस नाल समझौता करके ईमानदारी नाल अपनी ड्यूटी निभाउण दी बजाय कांग्रसी वर्कर वजों काम कर रहे ने 2022 च आम आदमी पार्टी दी सरकार बनण तों बाद उन्हां नाल सख्त ਨਾਲ ਨਜਿੱਠਿਆ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਸ਼ੱਕ ਜ਼ਾਹਿਰ ਕੀਤਾ ਸੀ ਕਿ ਕਾਂਗਰਸ ਚੋਣਾਂ ਨੂੰ ਲੁੱਟਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਇਸ ਸੰਬੰਧ ਵਿੱਚ ਰਾਜ ਚੋਣ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਅਤੇ ਚੋਣਾਂ 'ਚ ਨੀਮ ਫੌਜੀ ਬਲਾਂ ਦੀ ਤੈਨਾਤੀ ਦੀ ਮੰਗ ਕੀਤੀ ਗਈ ਸੀ। ਉਹਨਾਂ ਆਖਿਆ ਕਿ ਕਾਂਗਰਸੀ ਵਰਕਰਾਂ ਨੇ ਆਪ ਵਰਕਰਾਂ 'ਤੇ ਕਈ ਥਾਵਾਂ 'ਤੇ ਹਮਲੇ ਕੀਤੇ। ਪੱਟੀ 'ਚ ਇੱਕ ਕਾਂਗਰਸੀ ਵਰਕਰ ਨੇ ਇੱਕ ਵਰਕਰ ਨੂੰ ਗੋਲੀ ਮਾਰ ਦਿੱਤੀ ਅਤੇ ਇੱਕ ਆਪ ਵਰਕਰ ਨੂੰ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ। ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਹਨਾਂ ਚੋਣਾਂ 'ਤੇ ਆਪਣੀ ਤਿੱਖੀ ਟਿੱਪਣੀ ਕਰਦਿਆਂ ਆਖਿਆ ਕਿ ਇਹਨਾਂ ਚੋਣਾਂ 'ਚ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਪੂਰੇ ਪੰਜਾਬ 'ਚ ਦੇਖਿਆ ਗਿਆ। ਹਰਸਿਮਰਤ ਨੇ ਦੋਸ਼ ਲਗਾਇਆ ਕਿ ਸੂਬੇ ਦਾ ਚੋਣ ਕਮਿਸ਼ਨ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ ਅਤੇ ਆਪਣੀ ਬਣਦੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਇਸ ਨੇ ਸੱਤਾਧਾਰੀ ਧਿਰ ਦੇ ਹੱਥਾਂ ਦੀ ਕਠਪੁਤਲੀ ਦੀ ਤਰ੍ਹਾਂ ਕੰਮ ਕੀਤਾ ਹੈ।